ਪਹਿਲਾਂ ਫਤਿਹ ਅੱਜ ਕਰਦਾ। ਵਾਹਿਗੁਰੂ ਜੀ ਕਾ ਖਾਲਸਾ ਤੇ ਵਾਹਿਗੁਰੂ ਜੀ ਕੀ ਫਤਿਹ। ਜਿਵੇਂ ਤੁਹਾਨੂੰ ਸਾਰਿਆਂ ਨੂੰ ਭਲੀ ਭਾਂਤ ਪਤਾ ਇਸ ਗੱਲ ਦਾ ਵੀ ਆਪਾਂ ਪਿਛਲੇ 6 ਮਹੀਨੇ ਤੋਂ ਲੱਗੇ ਹੋਏ ਹਾਂ। ਕਾਫੀ ਚੈਨਲ ਨੇ ਆਪਣੇ ਅਲਟੀਮੇਟਮ ਬਾਰੇ ਜਾਂ ਕੁਛ ਇੱਦਾਂ ਦੀਆਂ ਗੱਲਾਂ ਕਰੀਆਂ ਕਾਫੀ, ਔਰ ਆਪਾਂ ਕਿਹਾ ਵੀ ਸੀ ਸਰਕਾਰ ਨੂੰ, ਪਰ ਜਿਵੇਂ ਆਪਾਂ ਮੈਂ UK ਜਾਣ ਤੋਂ ਪਹਿਲਾਂ DG ਸਾਹਿਬ ਨੂੰ ਮਿਲ ਕੇ ਗਿਆ ਸੀਗਾ, ਪਰ ਉਹਨਾਂ ਨੇ ਜਿਹੜੇ ਆਪਾਂ ਉਹਨਾਂ ਨੂੰ ਨੁਕਤੇ ਦੇ ਕੇ ਆਏ ਸੀਗੇ ਉਹ ਤਾਂ ਬਖੂਬੀ ਕੰਮ ਚੱਲ ਰਿਹਾ। ਕੱਲ੍ਹ ਆਪਣੇ ਜ਼ਿਲ੍ਹੇ ਦੇ SSP ਸਾਹਿਬ ਆਪਣੀ ਟੀਮ ਨੂੰ ਲੈ ਕੇ ਮੁਲਾਕਾਤ ਕਰਕੇ ਗਏ ਨੇ। ਜੋ ਹੋਇਆ ਉਹ ਇਨਵੈਸਟੀਗੇਸ਼ਨ ਦਾ ਹਿੱਸਾ ਹੈ ਨਾ, ਮੈਂ ਤੁਹਾਨੂੰ ਸਾਰੀ ਗੱਲ ਆਪਾਂ ਮੈਂ ਇੱਥੇ ਨਹੀਂ ਕਰ ਸਕਦੇ, ਔਰ ਕੁਛ ਹੋਇਆ ਕੁਛ ਹੋ ਰਿਹਾ। ਉਮੀਦ ਹੀ ਵੱਜਦੀ ਹੈ ਵੀ ਸ਼ਾਇਦ ਕਿਸੇ ਗੱਲ ਕਿਨਾਰੇ ਲੱਗ ਸਕਦੀ ਹੈ, ਤਾਂ ਉਹਦਾ ਕਰਕੇ ਆਪਾਂ ਥੋੜ੍ਹਾ ਜਿਹਾ ਸਮਾਂ ਜੋ ਇਹ ਸੀਗਾ ਵੀ ਆਪਾਂ ਕਿਵੇਂ ਨਾ ਕਿਵੇਂ ਸੰਘਰਸ਼ ਨੂੰ ਹੋਰ ਤੇਜ਼ ਕਰੀਏ, ਤਾਂ ਉਹਦੇ ਲਈ ਥੋੜ੍ਹਾ ਜਿਹਾ ਮੀਟਿੰਗ ਦੇ ਵਿੱਚ ਆਪਾਂ ਜ਼ਰੂਰ ਗਏ ਹਾਂ। ਕਿਉਂਕਿ ਕੇਸ ਉਲਝਿਆ ਹੋਇਆ ਹੀ ਇੰਨਾ ਕਿ ਕੋਈ ਕਿੱਥੋਂ ਚੱਲ ਕੇ ਆ ਗਿਆ, ਕੋਈ ਮਹਾਰਾਸ਼ਟਰ ਤੋਂ ਆ ਗਿਆ, ਕੋਈ MP ਤੋਂ ਆ ਗਿਆ, ਬਸ ਸਾਰੇ ਦੋਸ਼ੀਆਂ ਦੀਆਂ ਕ੍ਰਾਈਮ ਹੈ, ਪਹਿਲੀ ਵਾਰ ਹੈ, ਔਰ ਬਾਹਰੋਂ ਆਏ, ਦੂਰੋਂ ਤੋਂ ਆਏ। ਇਹਨੂੰ ਟਰੇਸ ਕਰਨ 'ਤੇ ਸਮਾਂ ਜ਼ਰੂਰ ਲੱਗਦਾ ਹੈ, ਕਿਉਂਕਿ ਜਦੋਂ ਆਪਾਂ ਗੱਲ ਕਰਦੇ ਹਾਂ ਉਹ ਗੱਲ ਸਮਝ ਆਉਂਦੀ ਹੈ। ਅਤੇ ਚਲੋ ਆਪਣੀ ਇੰਨੀ ਬਹੁਤ ਹੈ ਵੀ ਜੇ ਉਹ ਇਸ ਪਾਸੇ ਨੂੰ ਤੁਰੇ ਨੇ, ਜਿਹੜੀ ਗੱਲ ਆਪਾਂ ਕਹਿੰਦੇ ਹਾਂ ਵੀ ਇਸ ਬੰਦੇ ਦਾ ਸਾਨੂੰ ਸ਼ੱਕ ਹੈ, ਇਹਨੂੰ ਇਨਵੈਸਟੀਗੇਸ਼ਨ 'ਚ ਸ਼ਾਮਿਲ ਕਰੋ, ਉਹਨਾਂ ਨੂੰ ਕੀਤਾ ਗਿਆ ਹੈ, 1-2 ਗ੍ਰਿਫਤਾਰੀਆਂ ਵੀ ਹੋਈਆਂ ਨੇ। ਅਤੇ ਬਾਕੀ ਅਗਲੇ ਹਫ਼ਤੇ ਦੇ ਵਿੱਚ ਕਾਫੀ ਕੁਛ ਸੰਭਾਵਨਾ ਹੈ ਕਿ ਵੀ ਕੁਛ ਨਾ ਕੁਛ ਕੋਈ ਗੱਲ ਸਾਹਮਣੇ ਆ ਸਕਦੀ ਹੈ। ਬਾਕੀ ਰਹੀ ਗੱਲ ਬਾਹਰ ਆਪਣੇ ਜਾਣ ਦੀ ਗੱਲ, UK ਹੁਣ ਮੈਂ ਜਾ ਕੇ ਆਇਆ, ਤੁਸੀਂ ਦੇਖੋ ਵੀ ਸੰਗਤ ਦੇ ਵਿੱਚ, ਕਿਉਂਕਿ ਸਰਕਾਰ ਨੂੰ ਵੀ ਮੈਂ ਇਹ ਗੱਲ ਸਪਸ਼ਟ ਕਰਦੀ ਚਾਹੁੰਦਾ ਵੀ ਇਕੱਲਾ ਇਹ ਨਹੀਂ ਹੈਗਾ ਵੀ ਇੱਕ ਸਿੰਗਲ ਮਾਡਲ ਹੋ ਗਿਆ ਜਾਂ ਸਿੱਧੂ ਮੇਰਾ ਬੇਟਾ ਸੀ, ਇਹ ਪੂਰੇ ਸੰਸਾਰ ਦਾ ਬੇਟਾ ਬਣ ਚੁੱਕਿਆ ਸੀ। ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਜਿਵੇਂ ਜਿਵੇਂ ਉਹਦੀ ਉਮਰ ਹੁਣ ਵੱਧ ਹੋ ਰਹੀ ਸੀ ਜਾਂ ਉਹ ਮਚਿਓਰ ਹੋ ਰਿਹਾ ਸੀ, ਉਹਦਾ ਜਿਹੜਾ ਰੁਝਾਨ ਸੀਗਾ ਉਹ ਸਥਾਨਕ ਸਮੱਸਿਆਵਾਂ ਵੱਲ, ਸਥਾਨਕ ਮੁੱਦਿਆਂ ਵੱਲ, ਆਪਦੇ ਧਰਮ ਦੇ ਵੱਲ ਉਹਦਾ ਗੋੜਾ ਪੈ ਚੁੱਕਿਆ ਸੀ। ਉਹ ਆਪਣੀਆਂ ਲਾਸਟ ਵਾਲੀਆਂ ਲਿਖਤਾਂ ਸਾਰੀਆਂ ਦੱਸਦੀਆਂ ਨੇ, ਕਿੱਦਾਂ ਉਹਨੇ ਸਕੇਪ ਗੋਟ ਗਾਇਆ, ਲੋਕਲ ਮੁੱਦੇ ਚੁੱਕੇ ਉਹਦੇ ਵਿੱਚ, ਜਿੱਦਾਂ ਉਹਨੇ SIR ਲਗਾਇਆ, ਸਟੇਟ ਦੀਆਂ ਸਮੱਸਿਆਵਾਂ ਨੂੰ ਚੱਕਿਆ ਉਹਦੇ 'ਚ, ਕੌਮ ਦੀਆਂ ਸਮੱਸਿਆਵਾਂ ਨੂੰ ਚੱਕਿਆ ਉਹਦੇ ਵਿੱਚ, ਮਤਲਬ ਉਹ ਇਸ ਪਾਸੇ ਨੂੰ ਉਹਦਾ ਗੋੜਾ ਪੈ ਚੁੱਕਿਆ ਸੀ। ਔਰ ਜਿਹਨਾਂ ਹਾਲਾਤਾਂ 'ਚ ਉਹਦੀ ਮੌਤ ਹੋ ਗਈ ਜਾ ਕੇ, ਇਹ ਵੀ ਬੜਾ ਬੁਝਾਰਤ ਬਣੀ ਹੋਈ ਹੈ ਵੀ ਐਸਾ ਕੀ ਵਾਪਰਿਆ ਵੀ ਉਸ ਬੱਚੇ ਨੂੰ ਇੰਨੀ ਘਿਨਾਉਣੀ ਮੌਤ ਦਿੱਤੀ ਗਈ। ਔਰ ਇਸ ਚੀਜ਼ ਦਾ ਬ੍ਰਿਟਿਸ਼ ਸਰਕਾਰ ਦੇ ਵਿੱਚ ਵੀ ਬੜਾ ਵੱਡਾ ਰੋਸ ਹੈ, ਕਿਉਂਕਿ ਸਿੱਧੂ UK ਦਾ PR ਸੀ ਔਰ ਉਹਨੇ ਮੈਨੂੰ ਵੀ ਇਹ ਗੱਲ ਲੁਕਾ ਕੇ ਰੱਖੀ ਮੇਰੇ ਤੋਂ ਵੀ ਜੇ ਮੈਂ ਪਾਪਾ ਨੂੰ ਦੱਸਦਾ ਵੀ ਮੈਂ ਯੂਕੇ ਦੇ ਮੈਨੂੰ ਇੱਥੇ ਰਹਿਣ ਨਹੀਂ ਦੇਣਾ, ਕਹੋ ਤੂੰ ਜਾ ਇੱਥੇ ਬੈਠੇ ਕਰਨਾ ਮੈਂ, ਪਰ ਉਹਦਾ ਲਗਾ ਇਸ ਸੀਗਾ ਇੱਥੋਂ ਦਾ ਵੀ ਉਹਨੇ ਉਹਦੇ ਲੈਣ ਦੇ ਬਾਵਜੂਦ ਵੀ ਉੱਥੇ ਰਹਿਣਾ ਨਹੀਂ ਚੰਗਾ ਸਮਝਿਆ, ਉਹ ਆਪਦੇ ਪਿੰਡ ਉਹਦੀ ਕਮਜ਼ੋਰੀ ਸੀ, ਕਿਉਂਕਿ ਸ਼ੁਰੂ ਤੋਂ ਹੀ ਉਹਨੇ ਜਿਵੇਂ ਕਿਹਾ ਵੀ ਮੈਂ ਜਿੱਥੇ ਵੀ ਜਾਵਾਂ ਮੇਰਾ ਪਿੰਡ ਮੇਰੇ ਨਾਲ ਜਾਵੇ, ਮੇਰਾ ਖੇਤਾ ਮੇਰੇ ਨਾਲ ਜਾਵੇ, ਉਹ ਸ਼ਾਇਦ ਇਸ ਗੱਲ ਦੇ ਵਿੱਚ ਗੁੜੋਚੇ ਇੰਨਾ ਹੋ ਗਿਆ ਵੀ ਉਹ ਆਪਣੇ ਭਵਿੱਖ ਨੂੰ ਵੀ ਦਾਅ 'ਤੇ ਲਾ ਬੈਠੇ, ਸਮਝ ਨਹੀਂ ਸਕਿਆ ਵੀ ਇੱਥੇ ਜਿਹੜੀਆਂ ਦੁਸ਼ਮਣਾਂ ਦੀਆਂ ਧਾੜਾਂ ਪੁਰੀਆਂ ਫਿਰਦੀਆਂ ਨੇ, ਜਿਹਨੂੰ ਤੂੰ ਆਪਣਾ ਸਮਝ ਰਿਹਾ ਤਾਂ ਇੱਥੇ ਤੇਰਾ ਆਪਣਾ ਕੋਈ ਨਹੀਂ ਰਿਹਾ।
40 ਬੰਦੇ ਤੈਨੂੰ ਮਾਰਨ ਤੇ ਲੱਗੇ ਹੋਏ ਨੇ, ਪਰ ਉਹ ਬੱਚਾ ਇਹਨਾਂ ਗੱਲਾਂ ਤੋਂ ਅਣਜਾਣ ਕਹਿ ਲਈਏ ਜਾਂ ਉਹਨੂੰ ਪਤਾ ਹੋਵੇ, ਉਹਨੇ ਮੈਨੂੰ ਨਾ ਦੱਸਿਆ ਹੋਵੇ, ਰੱਬ ਜਾਣਦਾ ਮਨ ਦੇ ਵਿੱਚ ਕੀ ਲੈ ਕੇ ਚਲਾ ਗਿਆ। ਪਰ ਉਹਦੀਆਂ ਲਿਖਤਾਂ ਜਿਸ ਤਰ੍ਹਾਂ ਉਹ ਲਿਖਦਾ ਸੀ, ਉਹਨਾਂ ਤੋਂ ਲੱਗਦਾ ਵੀ ਜ਼ਰੂਰ ਉਹਦੇ ਮਨ ਦੇ ਉੱਤੇ ਕੋਈ ਵਜਨ ਤਾਂ ਸੀਗਾ। ਕਾਫੀ ਉਦਾਸ ਲਹਿਜੇ ਦੇ ਵਿੱਚ ਉਹਨੇ ਕਾਫੀ ਲਿਖੇ, ਚਾਹੇ ਆਪਾਂ ਲਾਸਟ ਐਂਡ ਕਹਿ ਲਈਏ, ਉਹਦੇ ਵਿੱਚ ਉਹਨੇ ਇਕੱਲੀ ਇਕੱਲੀ ਗੱਲ ਦਾ ਬਿਆਨ ਕੀਤਾ, ਉਹਨੇ ਮੌਤ ਨੂੰ ਨੇੜੇ ਤੋਂ ਦੇਖਿਆ ਉਸ ਗੱਲ ਦੇ ਵਿੱਚ। ਪਰ ਉਹ ਜਿਵੇਂ ਗੱਲਾਂ ਕਰਦਾ ਸੀ, ਅਸੀਂ ਦੁਨਿਆਵੀ ਹੋਣ ਦੇ ਨਾਤੇ ਉਹਦੇ ਨਾਰਾਜ਼ ਵੀ ਹੁੰਦੇ ਸੀ ਇਸ ਪੱਖ ਤੋਂ ਵੀ ਤੂੰ ਇਹ ਕੀ ਲਿਖੀ ਜਾਂਦਾ। ਉਹਨੇ ਉਹ ਕਹਿਦਾ ਮੈਂ ਤਾਂ ਤਪਾਕ 'ਤੇ ਲਿਖਿਆ, ਤਾਂ ਜਿਹੜੇ ਮੇਰੇ ਪਹਿਲਾਂ ਮੈਂ ਜਿਹਨਾਂ ਨੂੰ ਪੜ੍ਹਦਾ, ਜਿਹਨਾਂ ਨੂੰ ਮੈਂ ਦੇਖਦਾ, ਮੈਂ ਤਾਂ ਉਹਨਾਂ 'ਤੇ ਲਿਖਿਆ ਨਾ। ਉਹ ਕਹਿ ਦਿੰਦਾ ਚੱਲ ਅਸੀਂ ਵੀ ਚੁੱਪ ਕਰ ਜਾਂਦੇ ਵੀ ਹੋ ਸਕਦਾ ਉਹ 'ਤੇ ਲਿਖਿਆ ਹੋਊ। ਪਰ ਜਦੋਂ ਆਪਦੇ ਨਾਲ ਵਾਪਰ ਗਈ ਫਿਰ ਐਂ ਲੱਗਿਆ ਵੀ ਇਹ ਤਾਂ ਆਪਣੇ ਸਮਝਣ 'ਚ ਹੀ ਫਰਕ ਰਹਿ ਗਿਆ, ਉਹ ਤਾਂ ਸਾਰਾ ਕੁਛ ਆਪਣੀ ਜਵਾਨੀ ਦੱਸੀ ਜਾਂਦਾ ਸੀ। ਇਹ ਹੁਣ ਬੀਤੇ ਦੀ ਗੱਲ ਹੋ ਚੁੱਕੀ ਹੈ, ਵੀਰੋ ਇਸ ਗੱਲ 'ਤੇ ਕੁਛ ਵੀ ਨਹੀਂ ਨਿਬੜਨਾ, ਕਿਉਂਕਿ ਨਾ ਤਾਂ ਆਪਾਂ ਜੋ ਨੁਕਸਾਨ ਖਾ ਲਿਆ ਉਹ ਪੂਰਾ ਹੋਣਾ। ਹਾਂ, ਸਰਕਾਰਾਂ ਅੱਗੇ ਇੰਨੀ ਕੁ ਬੇਨਤੀ ਜ਼ਰੂਰ ਕਰਦੇ ਹਾਂ ਵੀ ਘੱਟੋ ਘੱਟ ਜਦੋਂ ਹੱਸੋ ਹੀ ਦੇ ਫੈਸਲੇ ਕਰਦੀਆਂ ਤਾਂ ਦੁੱਖ ਬੜਾ ਹੁੰਦਾ। ਲਾਈਸੈਂਸ ਲੈਣੇ ਤਾਂ ਸਰਕਾਰ ਨੇ ਪਹਿਲੇ ਹੀ ਇੰਨੇ ਔਖੇ ਕੀਤੇ ਹੋਏ ਸੀ ਵੀ ਜੇ ਬੰਦਾ ਇੱਕ ਵਾਰੀ ਦੀ ਲਾਈਨ 'ਚ ਲੱਗ ਜਾਏ ਨਾ, ਮੇਰਾ ਖਿਆਲ ਇੱਕ ਵਾਰੀ ਰਿਨਿਊ ਕਰਵਾਉਣ ਲੱਗ ਜਾਏ ਤਾਂ ਮੁੜ ਕੇ ਉਹਦਾ ਜੀ ਕਰਦਾ ਮਸਲਾ ਸਿੱਟ ਕੇ ਭੱਜ ਜਾ। ਇੰਨਾ ਔਖਾ ਪ੍ਰੋਸੈਸ ਹੈ ਲਾਈਸੈਂਸ ਲੈਣ ਦਾ, ਇਹਨੂੰ ਰਿਨਿਊ ਕਰਵਾਉਣ ਦਾ, ਕੋਈ ਇਹਦੇ ਵਿੱਚ ਚੇਂਜ ਕਰਨੀ ਹੈ ਵੀ ਬੰਦੇ ਨੂੰ ਐਂ ਲੱਗਦਾ ਜਿਵੇਂ ਮੈਂ 84 ਵਾਲੇ ਗੇੜ 'ਚ ਹੀ ਪੈ ਗਿਆ ਹੁੰਦਾ, ਇੰਨਾ ਔਖਾ ਕੰਮ ਹੈ। ਔਰ ਉਲਟਾ ਉਹਨੂੰ ਬੰਦ ਕਰਨ ਦੇ ਉੱਤੇ ਤਾਂ ਬਿਲਕੁਲ ਨਿਹੱਥਾ ਕਰਨ ਵਾਲੀ ਗੱਲ ਹੀ ਕਰਤੀ। ਤੁਸੀਂ ਦੇਖੋ ਬਦਮਾਸ਼ਾਂ ਦੇ ਕੋਲ ਜਿਹੜਾ ਅਸਲਾ ਹੈ ਰਸ਼ੀਅਨ ਵੈਪਨ AK-47 45 ਦਾ, USA ਦੇ ਅਸਲਾ 30 ਦੇ ਪਿਸਟਲ, ਜਿਹੜੇ ਬੰਦੇ ਨੂੰ ਪਾੜ ਕੇ ਰੱਖ ਦਿੰਦੇ ਨੇ ਜੇ ਇਕੱਲਾ ਪਾੜ ਦੂੰਗੀ। ਔਰ ਜੇ ਅਸੀਂ ਲਾਈਸੈਂਸ ਲੈ ਰੱਖੇ ਨੇ, ਕੋਈ 12 ਬੋਰ ਦਾ ਲੈ ਲਿਆ ਕਿਸੇ ਨੇ ਆਪਦੀ ਸੇਫਟੀ ਵਾਸਤੇ, ਕੋਈ ਜਾਂ 32 ਬੋਰ ਦਾ ਲੈ ਲਿਆ, ਉਹਦੇ ਵਿੱਚ ਕੀ ਨੁਕਸਾਨ ਵਾਲੀ ਗੱਲ ਹੋਊਗੀ? ਤੁਸੀਂ ਸੈਂਕੜੇ ਜੁਰਮਾਂ ਦਾ ਅਧਿਐਨ ਕਰਕੇ ਵੇਖ ਲਓ, ਜੇ ਆਪਾਂ ਇਕੱਲਾ ਸੂਰੀ ਦਾ ਦੇਖੀਏ ਵੀ ਕਤਲ ਜਿਹੜਾ ਹੋਇਆ ਉਹ ਜ਼ਰੂਰ ਲਸੰਸੀ ਅਸਲੇ ਨਾਲ ਹੋ ਗਿਆ, ਮੈਂ ਬਾਕੀ ਮੇਰਾ ਖਿਆਲ ਇੱਕ ਵੀ ਕਿਲਿੰਗ ਹੈ ਜਿਹੜੀ ਉਹ ਲਸੰਸੀ ਅਸਲੇ ਨਾਲ ਨਹੀਂ। ਔਰ ਜਿਹੜਾ 2 ਨੰਬਰ ਦਾ ਅਸਲਾ ਹੈ ਉਹਦੇ ਕੋਈ ਕੰਟਰੋਲ ਨਹੀਂ, 5-5 ਜਾਣੇ ਦੁਕਾਨ ਦੇ ਵਿੱਚ ਧਾੜਾਂ ਪਰ ਨੰਗੇ ਮੂੰਹ ਵੜ ਜਾਂਦੇ ਨੇ, ਬੰਦਾ ਮਾਰ ਕੇ ਭੱਜ ਜਾਂਦੇ ਨੇ, ਕੋਈ ਦਿੱਕਤ ਵਾਲੀ ਗੱਲ ਨਹੀਂ। ਛੋਟੇ ਤੋਂ ਛੋਟੇ ਗੈਂਗਸਟਰ ਦੇ ਕੋਲ ਵੀ 30 ਤੋਂ ਘੱਟ ਦਾ ਪਿਸਟਲ ਨਹੀਂ ਹੈ, ਔਰ ਬੜੀ ਆਸਾਨੀ ਨਾਲ ਉਹਨੂੰ ਮਿਲ ਵੀ ਰਹੇ ਨੇ। ਔਰ ਕੋਈ ਉਹ ਯੂਪੀ ਕਾਨਪੁਰ ਵਾਲਾ ਨਹੀਂ ਲੈਂਦੇ, ਸਾਰਾ ਇੰਪੋਰਟਡ ਅਸਲਾ ਸਾਰਾ ਉਹਨਾਂ ਕੋਲ। ਉੱਧਰ ਵੱਲ ਨੂੰ ਕਿਸੇ ਦਾ ਕੋਈ ਧਿਆਨ ਨਹੀਂ, ਜੇ ਧਿਆਨ ਆ ਗਿਆ ਤਾਂ ਜਿਹੜੀਆਂ ਮਨ ਪੱਕੀਆਂ, ਜੇ ਤੁਸੀਂ ਅੱਜ DC ਦਫ਼ਤਰ ਜਾਓਗੇ ਅਸਲੇ ਦਾ ਲਾਈਸੈਂਸ ਅਪਲਾਈ ਕਰੋ ਤਾਂ ਤੁਹਾਡੀ ਰੈੱਡ ਕਰਾਸ ਦੀ 50,000 ਦੀ ਤਾਂ ਪਰਚੀ ਕੱਟ ਦੇਣਗੇ। ਜੇ ਸਿਫਾਰਿਸ਼ਾਂ ਲਾ ਕੇ ਉਹ ਤੁਸੀਂ 10-20 ਕਰਾ ਵੀ ਲਓਗੇ, ਫਿਰ ਵੀ ਤੁਹਾਡਾ ਘੱਟੋ ਘੱਟ 1.5-2 ਲੱਖ ਰੁਪਈਆ ਲਾ ਕੇ ਤੁਹਾਨੂੰ ਲਾਈਸੈਂਸ ਮਿਲਦਾ। ਕੌਣ ਲਊਗਾ? ਜਿਹੜਾ ਕੋਈ ਫਸਿਆ ਵੇਲੇ ਇੱਕ ਵੇਲੇ ਜਿਹਨੂੰ ਸਰਦਾ ਵੀ ਮੈਨੂੰ ਕੋਈ ਅੜਿੱਕਾ ਦਾ, ਪਰਸੋਂ ਸੁਨਿਆਰ ਦੇ ਉੱਤੇ ਅੰਮ੍ਰਿਤਸਰ ਹੋਈ ਹੈ ਘਟਨਾ, ਜੇ ਉਹਦਾ ਕੋਈ ਅਸਲਾ ਨਾ ਹੁੰਦਾ ਉਹ ਤਾਂ ਮਾਰਦਾ ਸੀ। ਜਿਹੜਾ ਬੰਦਾ ਕੋਈ 4 ਪੈਸਿਆਂ ਦਾ ਕਾਰੋਬਾਰ ਕਰਦਾ ਵੀ ਸੇਫਟੀ ਲਈ ਲੈਂਦਾ, ਡਿਫੈਂਸ ਲਈ ਲੈਂਦਾ, ਠੀਕ ਹੈ, ਦਿਖਾਵਾ ਵਾਲੀ ਗੱਲ ਹੈ, ਨਹੀਂ ਕਰਨਾ ਚਾਹੀਦਾ।
ਤੇ ਜੇ ਤੁਸੀਂ ਜਾ ਕੇ ਬੱਚਿਆਂ ਦੇ ਪਾਸੇ ਕਰਨ ਲੱਗ ਜਾਓਗੇ ਤਾਂ ਕਿੰਨੀ ਮਾੜੀ ਗੱਲ ਹੈ। ਇੱਕ ਫੋਟੋ ਤਾਂ ਨਹੀਂ ਕਿਸੇ ਦੇ ਉੱਤੇ ਫੈਲ ਕਰਦੀ ਆ, ਉਹਦਾ ਸ਼ਰੇਆਮ ਜਿਹੜੇ ਫਿਰਦੇ ਉਹਦਾ ਤੁਹਾਨੂੰ ਦਿਖਾਈ ਨਹੀਂ ਦੇ ਰਹੇ। ਇੱਕ ਇੱਕ ਮਰਡਰ ਕਰਨ ਵਾਲਾ ਬੰਦਾ ਧਮਕੀਆਂ ਦੇ ਰਿਹਾ, ਹਰ ਛੋਟੇ ਸਿੰਗਰ ਨੂੰ ਧਮਕੀ ਆਈ ਜਾਂਦੀ ਹੈ। ਜੇ ਕਿਸੇ ਨੂੰ ਧਮਕੀ ਆਉਂਦੀ ਹੈ ਤਾਂ 384 ਦਾ ਪਰਚਾ ਦੇਣਾ ਬਣਦਾ ਉਸ ਬੰਦੇ ਨੂੰ, ਸਗੋਂ ਜਾਂਦੇ ਆ ਥਾਣੇ ਸਮਝਾ ਕੇ ਮੁੜ ਦਿੰਦੇ ਆ। ਤਾਂ ਕੀ ਲੈਣਾ ਯਾਰ, ਤੂੰ ਜਵਾਕ ਜਾਂਦੇ ਵਾਲਾ ਬੰਦਾ, ਇਹਨਾਂ ਦਾ ਕੀ ਪਤਾ ਤੈਨੂੰ ਕਦੋਂ ਮਾਰਦੇ ਨੇ। ਸੋ ਅਸਲਾ ਦੇ ਨਿਯਮ ਤਾਂ ਸੌਖੇ ਕਰਨੇ ਚਾਹੀਦੇ, ਨਾ ਕਿ ਤੁਸੀਂ ਨਿਹੱਥੇ ਕਰਦੇ ਹੋ ਲੋਕਾਂ ਨੂੰ। ਜਿਹੜਾ ਕੋਈ ਆਪਦੀ ਸੇਫਟੀ ਲਈ ਲੈਂਦਾ ਉਹਨੂੰ ਸਗੋਂ ਵੀ ਅਸਲੇ ਬਥੇਰਾ ਮਹਿੰਗਾ ਹੋਇਆ ਪਿਆ, ਰਹਿੰਦੀਆਂ ਹੁੰਦੀਆਂ ਸ਼ਰਤਾਂ ਇੰਨੀਆਂ ਮਹਿੰਗੀਆਂ ਕਰਤੀਆਂ। ਇਹ ਤਾਂ ਫਿਰ ਸਾਨੂੰ ਤਾਂ ਨਿਹੱਥੇ ਕਰਨ ਵਾਲੀ ਗੱਲ ਆ ਤੁਹਾਡੀ। ਹਾਂ ਜਾਂ ਤੁਸੀਂ ਮਾਹੌਲ ਇਹੋ ਜਿਹਾ ਦੇ ਦਿਓ, ਅਸੀਂ ਤਾਂ ਅਸਲਾ ਜਮ੍ਹਾਂ ਹੀ ਕਰਵਾ ਦਿੰਦੇ। ਕੀ ਕਰਨਾ, ਰਾਕੇਸ਼ ਤਾਂ ਆਪ ਤਾਂ ਮਿਲੇ ਨਾ ਤੂੰ, ਕਦੇ ਦੂਰ ਦੀ ਡੇਟ ਆ ਗਈ, ਕਦੇ ਵੋਟਾਂ ਆ ਗਈਆਂ, ਕਦੇ ਜਮ੍ਹਾਂ ਕਰਾਓ, ਕਦੇ ਲੈ ਆਓ, ਤਾਂ ਇੱਡਾ ਇੱਡਾ ਪਰਦਾ ਸਿਆਪੇ ਨਹੀਂ ਜਿੱਦਾਂ ਅਸਲੇ ਦਾ। ਤੋ ਲਸੰਸੀ ਅਸਲਾ ਕ੍ਰਾਈਮ ਨਹੀਂ ਕਰਦਾ। ਮੈਂ ਸਰਕਾਰ 'ਚ ਬੈਠਿਆ ਉਹਨੂੰ ਸਲਾਹ ਦੇਣ ਵਾਲੇ ਅਫਸਰਾਂ ਨੂੰ ਬੇਨਤੀ ਕਰਦਾ, ਤੁਸੀਂ ਜਿਹੜੀ ਗੱਲ ਵੱਲ ਧਿਆਨ ਦੇਣਾ, ਤੁਸੀਂ ਬਦਮਾਸ਼ਾਂ ਵੱਲ ਧਿਆਨ ਦੇ ਲਓ। ਲਸੰਸ ਵਾਲਾ ਬੰਦਾ ਜਾ ਕੇ, ਜਿਹੜਾ ਬੰਦਾ ਲੱਖ ਸਵਾ ਲੱਖ ਰੁਪਇਆ ਲਾ ਕੇ ਢਿੱਡ ਬੰਨ ਕੇ ਲੈਂਦਾ, ਇੰਨਾ ਕਿਸੇ ਕੋਲ ਵਾਧੂ ਪੈਸਾ ਨਹੀਂ ਪਿਆ, ਜਿਹੜਾ ਅਸਲੇ 'ਤੇ ਖਰਚਣ ਵਾਸਤੇ ਕੁਜੀਦਾਰ ਬੰਦਾ ਤਿਆਰ ਹੋ ਜਾਊਗਾ। ਠੀਕ ਹੈ, ਮੈਂ ਬੰਦਾ ਵਿਦੇਸ਼ਾਂ ਦੇ ਵਿੱਚ ਵੀ ਇਹ ਚੀਜ਼ਾਂ 'ਤੇ ਬਣਦੀਆਂ ਨੇ, ਪਰ ਉੱਥੋਂ ਦਾ ਸਿਸਟਮ ਵੀ ਦੇਖੋ ਕਿੱਡਾ। ਮੈਂ UK ਜਾ ਕੇ ਆਇਆ ਵੀਰੋ, ਜਹਾਜ਼ ਦੇ ਵਿੱਚੋਂ ਅਗਲੇ ਨੇ ਮੈਨੂੰ ਲੈ ਲਿਆ ਔਰ ਆਪਣੀ ਕਾਰ ਦੇ ਵਿੱਚ ਜਾ ਕੇ ਮੈਨੂੰ ਸੁਰੱਖਿਅਤ ਜਗ੍ਹਾ 'ਤੇ ਜਿੱਥੇ ਮੇਰਾ ਰੂਮ ਰੈਜੀਡੈਂਸੀ ਉੱਥੇ ਜਾ ਕੇ ਛੱਡ ਕੇ ਆਏ ਔਰ ਆਪਣਾ ਸੈਂਸਰ ਵੀ ਕਮਰੇ ਦੇ ਵਿੱਚ ਲਾਇਆ ਗਿਆ ਔਰ ਵਿਦ ਇਨ 3 ਮਿੰਟ ਕੋਈ ਤਖ਼ਤ ਨੂੰ ਧੱਕਾ ਵੀ ਮਾਰ ਗਿਆ ਨਾ ਬਾਹਰੋਂ ਆ ਕੇ, 3 ਮਿੰਟਾਂ ਦੇ ਅੰਦਰ ਅੰਦਰ ਕੋਲ ਜਿਹੜੀ ਪੁਲਿਸ ਦੀ ਹੈ ਸਰਵਿਸ ਹੈ, ਰੀਸਾਂ ਕਰ ਦਿਓ ਉਹਨਾਂ ਦੀਆਂ, ਉਹਨਾਂ ਵਰਗਾ ਸਿਸਟਮ ਦੇ ਕੇ ਦਿਖਾਓ ਪਹਿਲਾਂ। ਔਰ ਮੈਂ ਪਬਲਿਕ ਨੂੰ ਮਿਲਿਆ, ਮੈਨੂੰ ਨਹੀਂ ਲੱਗਿਆ ਮੈਂ ਕਿਸੇ ਬਾਹਰਲੇ ਮੁਲਕ ਦੇ ਵਿੱਚ ਆਇਆ, ਮੈਨੂੰ ਐਂ ਲੱਗਿਆ ਇੱਥੇ ਵੀ ਮੇਰਾ ਪੰਜਾਬ ਹੀ ਵਸਿਆ ਹੋਇਆ, ਇੱਥੇ ਵੀ ਮੇਰੇ ਲੋਕਾਂ ਨੂੰ ਕਿੰਨਾ ਦਰਦ ਹੈ। ਔਰ ਜਿਹੜੇ ਹਾਲ ਦੇ ਵਿੱਚ ਪ੍ਰੋਗਰਾਮ ਰੱਖਿਆ ਸੀ, ਯਕੀਨ ਕਰਿਓ ਤਿਲ ਸਿੱਕਣ ਨੂੰ ਵੀ ਜਗ੍ਹਾ ਨਹੀਂ ਸੀ ਉੱਥੇ, ਔਰ ਸਾਰੇ ਲੋਕ ਟਿਕਟਾਂ ਲੈ ਕੇ ਆਏ ਸੀ। ਪਾਕਿਸਤਾਨੀ ਮੂਲ ਦੀ ਲੜਕੀ ਨੇ ਮੈਗ ਲੈ ਕੇ ਬੋਲਿਆ ਵੀ ਦਿਨ ਵੀ ਸਾਡਾ ਸ਼ੁਰੂ ਸਿੱਧੂ ਦੇ ਨਾਲ ਹੁੰਦਾ ਸੀ, ਸਮਾਪਤੀ ਵੀ ਸਾਡੀ ਸਿੱਧੂ ਦੇ ਨਾਲ ਹੁੰਦੀ ਸੀ, ਔਰ ਕਿਸ ਕਦਰ ਅਸੀਂ ਉਸ ਬੱਚੇ ਨੂੰ ਪਿਆਰ ਕਰਦੇ ਹਾਂ ਤੁਸੀਂ ਅੰਦਾਜ਼ਾ ਵੀ ਲਾ ਸਕਦੇ। ਔਰ ਇੱਥੇ ਜਾਨਵਰਾਂ ਵੱਲੋਂ ਮਾਰ ਦਿੱਤਾ ਗਿਆ। ਇਸ ਬੱਚੇ ਨੇ ਆਸਟ੍ਰੇਲੀਆ ਤੋਂ ਮੈਨੂੰ ਕੋਲ ਕੱਲ੍ਹ ਫੋਨ ਆਇਆ, ਹਿੰਦੂ ਮਾਈਂਡਡ ਬੰਦਾ ਹੈ, ਔਰ ਮੈਨੂੰ ਕਹਿੰਦਾ ਜੀ ਮੈਨੂੰ ਤੁਸੀਂ ਜਦੋਂ ਘਰ ਆ ਗਏ ਤਾਂ ਮੈਂ ਇੰਡੀਆ ਆਉਣਾ, ਮੈਂ ਮਾਤਾ ਤੋਂ ਦਸਤਾਰਬੰਦੀ ਕਰਾ ਕੇ ਜਾਣੀ ਹੈ। ਦੇਖੋ ਹਿੰਦੂ ਮਤ ਨਾਲ ਸੰਬੰਧ ਰੱਖਦਾ ਬੰਦਾ, ਕੋਈ ਆਪਾਂ ਨੂੰ ਪ੍ਰੈਸ਼ਰ ਨਹੀਂ ਕੀਤਾ। ਮੈਂ ਤੁਹਾਨੂੰ ਦੱਸਦਾ ਵੀ ਸਿੱਧੂ ਨੂੰ ਕਈ ਲੋਕ ਪੁੱਛਦੇ ਜਦ ਸਿੱਧੂ ਦੀ ਆਈਡੀ ਕੀ ਦੇਣਾ, ਇਹ ਦੇਣ ਹੈ ਵੀ ਵਲੰਟੀਅਰ ਰੂਪ ਦੇ ਵਿੱਚ ਉਹ ਬੱਚਾ ਹਿੰਦੂ ਪਰਿਵਾਰ ਸੰਬੰਧ ਰੱਖਦਾ, ਉਹ ਕਹਿੰਦਾ ਮੈਂ ਸਿਰ 'ਤੇ ਦਸਤਾਰ ਸਜਾਉਣੀ ਔਰ ਉਸ ਤੋਂ ਬਾਅਦ ਹਮੇਸ਼ਾ ਪੱਗ ਬੰਨ ਕੇ ਰੱਖੂੰਗਾ, ਤੁਸੀਂ ਜਦੋਂ ਘਰ ਆ ਗਏ ਮੈਨੂੰ ਮੈਸੇਜ ਕਰ ਦਿਓ ਵੀ ਅਸੀਂ ਪਿੰਡ ਪਹੁੰਚ ਚੁੱਕੇ। ਇਹ ਸੀ ਸਿੱਧੂ ਦੀ ਦੇਣ, ਘੱਟੋ ਘੱਟ 150 ਮੁਲਕ ਦੇ ਵਿੱਚ ਪੱਗ ਨੂੰ ਪੁੱਛਦਾ ਕੀਤਾ। ਮੈਂ UK ਜਦੋਂ ਗਿਆ ਤਾਂ ਉੱਥੇ ਮੈਨੂੰ ਬਰਨਾ ਪੋਇਆ, ਤੁਸੀਂ ਦੇਖਿਆ ਹੋਣਾ ਕਾਲਾ ਆਪਣਾ ਰੈਪਰ ਹੈ ਨਾਈਜੀਰੀਆ ਦਾ, ਬਹੁਤ ਵੱਡਾ ਰੈਪਰ ਹੈ, ਵੱਡਾ ਸਟੇਟਸ ਹੈ ਬੰਦੇ ਦਾ, ਔਰ ਉਹ ਬੰਦਾ ਇੱਕ ਮਿੰਟ ਲਈ ਵੀ ਮੇਰੇ ਬਰਾਬਰ ਦੀ ਸੋਫੇ 'ਤੇ ਬੈਠਾ, ਮੇਰੇ ਪੈਰਾਂ 'ਚ ਬੈਠਾ,
ਔਰ ਉਹਨੇ ਆਪਣੇ ਗਾਣੇ ਦੇ ਵਿੱਚ ਇੱਕ ਫੋਟੋ ਲਾਉਣੀ ਹੈ ਸਿੱਧੂ ਦੀ, ਪਰਮਿਸ਼ਨ ਲੈਣ ਵਾਸਤੇ ਆਇਆ ਕਿ ਤੁਹਾਨੂੰ ਕੋਈ ਇਤਰਾਜ਼ ਤਾਂ ਨਹੀਂ, ਮੈਂ ਭਰਾ ਸੀ ਮੇਰਾ ਸਿੱਧੂ ਔਰ ਮੈਂ ਉਹਦੀ ਫੋਟੋ ਲਾਉਣੀ ਚਾਹੁੰਦਾ, ਤੁਹਾਡੇ ਪਰਿਵਾਰ ਨੂੰ ਕੋਈ ਇਤਰਾਜ਼ ਤਾਂ ਨਹੀਂ, ਔਰ ਸਾਡੇ ਉਹਦੇ ਗਾਣੇ ਚੱਕ ਚੱਕ ਕੇ ਅਸੀਂ ਕੀ ਕਰੀ ਜਾਂਦੇ। ਔਰ ਜਿਹੜਾ ਵੱਖਰੇ ਮੂਲ ਦਾ, ਵੱਖਰੀ ਨਸਲ ਦਾ, ਵੱਖਰੇ ਸਮਾਜ ਦੇ ਵਿੱਚੋਂ ਆਉਂਦਾ ਹੈ ਕਲਾਕਾਰ, ਉਹ ਸਿੱਧੂ ਨੂੰ ਆਪਣਾ ਭਰਾ ਮੰਨ ਕੇ, ਆਪਣਾ ਆਈਡੀਅਲ ਮੰਨ ਕੇ ਚੱਲ ਰਿਹਾ। ਸਾਡੇ ਆਪਣੇ ਉਹਦੀਆਂ ਗਾਣਿਆਂ ਦੀਆਂ ਤੁਕਾਂ ਚੱਕ ਕੇ ਫਿਲਮਾਂ ਦੇ ਵਿੱਚ ਠੋਕਣ ਦੀ ਕੋਸ਼ਿਸ਼ ਕਰ ਰਿਹਾ, ਕੋਈ ਕਿੰਨਾ ਕਿਤੇ ਕਿਤੇ ਆਪੋ ਆਪਣੇ ਢੰਗ ਨਾਲ ਉਹਦੀ ਵਰਤੋਂ ਕਰ ਰਿਹਾ। ਤਾਂ ਸਿੱਧੂ ਦਾ ਆਪਣੇ ਸਮਾਜ 'ਤੇ ਤਾਂ ਅਸਰ ਹੋਣਾ ਹੋਣਾ ਸੀ, ਉਹਨਾਂ ਗੋਰਿਆਂ ਦੇ ਵਿੱਚ ਵੀ। ਔਰ ਜੇ ਮੇਰੇ ਸ਼ੋਅ ਦੇ ਵਿੱਚ ਲਗਭਗ 25-30% ਗੋਰੇ ਆਏ ਸੀ, ਜਿਹਨਾਂ ਦਾ ਸਿੱਧੂ ਨਾਲ ਕੀ ਸੰਬੰਧ ਸੀ। ਪਰ ਜਿਹੜੀ ਪੀੜ੍ਹੀ ਉੱਥੇ ਜਾ ਕੇ ਵੱਸ ਗਈ, ਉਹ ਬੰਦੇ ਕਹਿੰਦੇ ਅਸੀਂ ਇੰਨੀ ਚਿੰਤਤ ਸੀ ਵੀ ਯਾਰ ਅਸੀਂ ਤਾਂ ਪੰਜਾਬੀ ਸੀ, ਸਾਡੇ ਬੱਚੇ ਵੀ ਪੰਜਾਬੀ ਬੋਲਣ ਲੱਗ ਗਏ, ਹੁਣ ਜਿਹੜੇ ਸਾਡੇ ਪੋਤੇ ਆ ਗਏ ਉਹ ਪਿਓਰ ਅੰਗਰੇਜ਼ ਬਣ ਗਏ ਸੀ, ਜੋ ਪੰਜਾਬੀ ਨਹੀਂ ਬੋਲਣਾ ਸ਼ੁਰੂ ਕਰੇ ਸੀ। ਯਾਰ ਅਸੀਂ ਬੜੀ ਚਿੰਤਾ ਦੇ ਵਿੱਚ ਸੀ, ਪਰ ਯਾਰ ਉਸ ਚੀਜ਼ ਦਾ ਸਲੂਸ਼ਨ ਸਾਨੂੰ ਸਿੱਧੂ ਨੇ ਦੇ ਦਿੱਤਾ ਸੀ। ਅਸੀਂ ਤੀਜੀ ਪੀੜ੍ਹੀ ਨੂੰ ਵੀ ਪੰਜਾਬੀ ਨਾਲ ਜੋੜਨ ਲਈ ਸਿੱਧੂ ਦੇ ਗਾਣੇ ਸੁਣਨ ਲੱਗ ਗਏ ਸਾਡੇ ਬੱਚੇ, ਔਰ ਹੁਣ ਅਸੀਂ ਯਕੀਨ ਮੰਨੋ ਸਾਡੀ ਗਾਣੇ ਗੱਡੀ 'ਚ ਦੂਜਾ ਗਾਣਾ ਵੱਜਦਾ ਹੀ ਨਹੀਂ ਸੀ। ਇਸ ਚੀਜ਼ ਦੀ ਕੀਮਤ ਉਹ ਲੋਕ ਜਾਣਦੇ ਜੋ ਸਾਡੀ ਜਿਹੜੀ ਮਾਂ ਬੋਲੀ ਨਾਲ ਕੁੱਟ ਰਹੀ ਸੀ ਨਾ ਤੀਜੀ ਪੀੜ੍ਹੀ ਜਾ ਕੇ, ਕਿਉਂਕਿ ਤੀਜੀ ਪੀੜ੍ਹੀ ਅੰਗਰੇਜ਼ ਹੀ ਬਣ ਜਾਂਦੀ ਸੀ, ਅਤੇ ਉਹ ਉਹਨਾਂ ਨੂੰ ਪਹਿਲਾਂ ਆਪਣੇ ਸਿੱਧੂ ਦੀ ਦੇਣ ਦਾ ਪਤਾ ਸੀਗਾ ਵੀ ਜੇ ਉਹਨੇ ਗਾਣੇ ਦੇ ਵਿੱਚ ਪੰਜਾਬੀ ਨੂੰ ਇਸ ਢੰਗ ਨਾਲ ਫਿੱਟ ਕੀਤਾ ਵੀ ਉਹਦੇ 'ਚ ਰੈਪ ਪੰਜਾਬੀ ਪਾਇਆ, ਇੱਕ ਵੱਖਰਾ ਟੇਸਟ ਬਣਾਇਆ ਮਿਊਜ਼ਿਕ ਦਾ, ਉਹ ਚੀਜ਼ ਗੋਰਿਆਂ ਨੂੰ ਵੀ ਭਾਈ ਜਿਹੜੀ ਸਾਡੀ ਤੀਜੀ ਪੀੜ੍ਹੀ ਅੰਗਰੇਜ਼ ਬਣਦੀ ਜਾ ਰਹੀ ਸੀ ਉੱਥੇ, ਉਹ ਵੀ ਕਿਤੇ ਨਾ ਕਿਤੇ ਜਾ ਕੇ ਪੰਜਾਬੀ ਵੱਲ ਬੋਲੀ। ਇਹ ਸਿੱਧੂ ਦੀ ਦੇਣ ਸੀ ਪੰਜਾਬੀ ਮਾਂ ਬੋਲੀ। ਸੋ ਜਦੋਂ ਇੰਨੀਆਂ ਦੁਆਵਾਂ ਹੋਣ, ਮੈਂ ਹੁਣ ਇਸ ਗੱਲ ਦੇ ਉੱਤੇ ਮੇਰਾ ਮਨ ਇੰਨਾ ਕੁ ਟਿਕਿਆ ਥੋੜ੍ਹਾ ਜਿਹਾ ਵੀ ਜਦੋਂ ਤੁਹਾਡੀਆਂ ਦੁਆਵਾਂ ਇੰਨੀਆਂ, ਤੁਸੀਂ ਸਾਰੇ ਲੋਕ ਪਰਮਾਤਮਾ ਨੂੰ ਮੰਨਦੇ ਹੋ, ਜੇ ਕੋਲਾਂ ਦੁਆਵਾਂ ਦੇ ਨਾਲ ਵੀ ਆਪਾਂ ਨੂੰ ਜਸਟਿਸ ਨਹੀਂ ਮਿਲਦਾ ਤਾਂ ਫਿਰ ਆਪਾਂ ਨੂੰ ਦੁਨਿਆਵੀ ਦਾਤ ਵੀ ਨਹੀਂ ਦੇ ਸਕਦੇ। ਤੁਸੀਂ ਸਾਰੇ ਤਹਿ ਦਿਲੋਂ ਸਿੱਧੂ ਨੂੰ ਪਿਆਰ ਕਰਦੇ ਹੋ, ਸਾਰੇ ਆਪਦੇ ਦੀਨ ਮਜ਼ਹਬ ਦੇ ਹਿਸਾਬ ਨਾਲ ਉਹਨੂੰ ਅਰਦਾਸ ਕਰਦੇ ਹੋ ਗੁਰੂ ਦੇ ਅੱਗੇ ਵੀ ਸੱਚੇ ਪਾਤਸ਼ਾਹ ਸਾਡਾ ਕੋਈ ਕਸੂਰ ਨਹੀਂ ਸੀ, ਸਾਨੂੰ ਬੇਕਸੂਰਾ ਮਾਰਿਆ ਗਿਆ, ਜੇ ਫਿਰ ਵੀ ਜਸਟਿਸ ਨਾ ਮਿਲਿਆ ਤਾਂ ਅਗਲੇ ਸਿੱਧੂ ਨੂੰ ਕਿਸੇ ਨੂੰ ਜਸਟਿਸ ਮਿਲਦਾ ਤਾਂ ਆਪਾਂ ਉਮੀਦ ਵੀ ਨਹੀਂ ਕਰ ਸਕਦੇ, ਜੇ ਇੰਨੀਆਂ ਭਾਵਨਾਵਾਂ ਜੁੜੀਆਂ ਹੋਣ ਦੇ ਬਾਵਜੂਦ ਵੀ ਸਾਨੂੰ ਜਸਟਿਸ ਨਾ ਮਿਲੇ। ਆਰੋਪੀ ਫੜੇ ਜਾ ਚੁੱਕੇ ਨੇ ਲਗਭਗ, ਪਰ ਮਾਸਟਰ ਨਹੀਂ ਸਿੱਧੂ ਕਿੰਨਾਂ ਦੀਆਂ ਅੱਖਾਂ ਦੇ ਵਿੱਚ ਚੁੱਭਿਆ। ਬਸ ਮੈਨੂੰ ਤਾਂ ਉਹਨਾਂ ਦਾ ਇਹ ਪਤਾ ਲੱਗਣਾ ਚਾਹੀਦਾ ਵੀ ਇਸ ਬੰਦੇ ਨੂੰ ਤਕਲੀਫ ਸੀ, ਇਹਨੇ ਕੋਈ ਇਸ ਤਰ੍ਹਾਂ ਕੋਈ ਸਪਾਰੀ ਦੇ ਕੇ ਮਰਵਾਇਆ ਗਿਆ, ਕਿਉਂਕਿ ਮੈਨੂੰ ਨਹੀਂ ਹਾਲੇ ਤੱਕ ਇਸ ਗੱਲ ਦਾ ਕਰੀ ਮੈਨੂੰ ਆਖ ਨੂੰ ਮਾਰਿਆ ਤਾਂ ਮਾਰਿਆ ਕੀ ਨੇ, ਮਹਾਤਮਾ ਨੂੰ ਕੀ ਮਿਲਿਆ ਉਹਨੂੰ ਮਾਰ ਕੇ, ਉਹ ਤਾਂ ਇੱਕ ਦੇਸ਼ ਦਾ, ਕੌਮ ਦਾ, ਮਾਂ ਬੋਲੀ ਦਾ ਇਹ ਚੰਗਾ ਕੰਮ ਕਰ ਰਿਹਾ ਸੀ। ਸ਼ੁਰੂ ਦੇ ਵਿੱਚ ਉਹਦੇ ਉੱਤੇ ਵੈਪਨ ਦੇ ਇਤਰਾਜ਼ ਲੱਗੇ ਵੀ ਉਹ ਵੈਪਨ 'ਤੇ ਗਾਉਣਾ, ਪਰ ਹੁਣ ਤਾਂ ਵੈਪਨ ਤੋਂ ਵੀ ਮੋੜਾ ਖਾ ਗਿਆ ਸੀ, ਕਿਉਂਕਿ ਜਿਵੇਂ ਜਿਵੇਂ ਮੈਚਿਓਰ ਹੋ ਰਿਹਾ ਸੀ, ਜਿਵੇਂ ਜਿਵੇਂ ਉਹਨੂੰ ਅਕਲ ਆ ਰਹੀ ਸੀ, ਉਵੇਂ ਉਹ ਮੁੱਦਿਆਂ ਵੱਲ, ਸਥਾਨਕ ਵੱਲ, ਸਮੱਸਿਆਵਾਂ ਜੋ ਦਰਪੇਸ਼ ਸੀਗੀਆਂ ਉਹਨਾਂ ਵੱਲ ਉਹਦਾ ਝੁਕਾਅ ਹੋ ਰਿਹਾ ਸੀਗਾ, ਫਿਰ ਹੁਣ ਉਹਨੂੰ ਮਾਰਨ ਦੀ ਕੀ ਲੋੜ ਪੈ ਗਈ ਸੀ। ਜਾਂ ਤਾਂ ਮੈਂ ਕਹਿ ਸਕਦਾ ਵੀ ਇਹਨਾਂ ਨੇ ਵਿਵਧਾਨ ਪਹਿਲਾਂ ਕੀਤਾ ਵੀ ਜੇ ਸਿੱਧੂ ਰਿਹਾ ਤਾਂ ਅਸੀਂ ਨਹੀਂ ਚੱਲਣਾ, ਜਾਂ ਪੋਲੀਟਿਕਸ ਦਾ ਵੀ ਕੰਮ ਹੋ ਸਕਦਾ। ਤੁਸੀਂ ਸ਼ੁਰੂ ਦੇ ਵਿੱਚ ਜਦੋਂ ਸਿੱਧੂ ਦਾ ਕੇਸ ਹੋਇਆ, ਤੁਸੀਂ ਗੱਲ ਦੇਖੀ ਹੋਣੀ ਹੈ, ਅਕਾਲੀ ਨੇਤਾ ਦਾ ਇੱਕ ਦਾ ਨਾਮ ਆਉਂਦਾ ਸੀਗਾ ਸੰਦੀਪ ਗਾਹਲੂ, ਉਹ ਤੋਂ ਵੈਪਨ ਫੜੇ ਜਾਂਦੇ ਨੇ ਇੱਕ ਸਾਲ ਪਹਿਲਾਂ, ਉਹ ਪਰਦੇ 'ਤੇ ਆਉਂਦਾ ਗੈਪ ਹੋ ਜਾਂਦਾ। ਮੈਂ ਉਹ ਵੀ ਸਰਕਾਰ ਦੇ ਧਿਆਨ 'ਚ ਲਿਆ ਰਿਹਾ,
ਤਸੱਲੀ ਨਾਲ ਇਮਾਨਦਾਰੀ ਨਾਲ ਜਾਂਚ ਕਰ ਦਿਓ, ਸਜ਼ਾ ਤੁਹਾਡਾ ਮਨ ਕਰਦਾ ਦੇ ਦਿਓ, ਜੇ ਤੁਹਾਨੂੰ ਜੀ ਕਰਦਾ ਵੀ ਇਹ ਕੋਈ ਚੰਗਾ ਕੰਮ ਕਰਦੇ ਤਾਂ ਛੱਡ ਦਿਓ, ਕੋਈ ਗੱਲ ਨਹੀਂ। ਅੱਜ ਮੈਂ ਕੋਈ ਨਵੀਂ ਸਟੇਟਮੈਂਟ ਜਾਂ ਬਿਆਨ ਦੇਣ ਦਾ ਮੇਰਾ ਕੋਈ ਇਰਾਦਾ ਨਹੀਂ ਸੀਗਾ, ਪਰ ਜਿਹੜੀ ਸ਼੍ਰੀ ਗੱਲ ਦੇ ਵਿੱਚ ਜਿਹੜੀਆਂ ਮਾਈਨਰ ਗੱਲਾਂ ਹੋ ਹੀ ਜਾਂਦੀਆਂ, ਅਤੇ ਜੋ ਆਪਣਾ ਜਸਟਿਸ ਦੀ ਜੋ ਤਫਤੀਸ਼ ਹੈ ਕਾਫੀ ਵੱਡੀ ਪੱਧਰ ਦੇ ਉੱਤੇ ਰੱਦੋ ਬਦਲ ਹੋਏ ਨੇ, ਹੁਣ ਸਾਰੇ ਅਫਸਰ ਇੱਧਰ ਉੱਧਰ ਹੋਏ ਨੇ, ਤਾਂ ਹੁਣ ਆਪਾਂ ਲੱਗੇ ਹੋਏ ਉਹਨਾਂ ਦੇ ਉੱਤੇ, ਤਾਂ ਮੈਂ ਵੀ ਉਮੀਦ ਕਰਦਾ ਵੀ ਅਗਲੇ ਸਮੇਂ ਦੇ ਵਿੱਚ ਆਪਾਂ ਨੂੰ ਕੁਛ ਨਾ ਕੁਛ ਇਹਦੇ 'ਚੋਂ ਨਿਕਲੂਗਾ। ਤਾਂ ਇੰਨਾ ਕੁ ਤੁਸੀਂ ਸਾਰਿਆਂ ਨੇ ਇੰਨਾ ਸਮਾਂ ਦਿੱਤਾ, ਇੰਨੀ ਵਾਰ ਜੋ ਸਮਾਂ ਕੱਢ ਕੇ ਉਹਨਾਂ ਤੋਂ ਪਰਮਾਤਮਾ ਤੁਹਾਡਾ ਕੰਮ ਕਦਮ ਲਿਖ ਕੇ ਲਾਵੇ, ਕੋਈ ਸ਼ਬਦ ਵੱਧ ਘੱਟ ਕਿਸੇ ਨੂੰ ਨਾ ਚੰਗਾ ਲੱਗਿਆ ਹੋਵੇ, ਸੰਗਤ ਮਾਫ਼ ਕਰਨ ਯੋਗ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ।